ਅਸਲਾਮੁਅਲੈਕੁਮ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਉਮੀਦ ਕਰਨੀਆਂ ਸਾਰੇ ਠੀਕ ਹੋਵੋਗੇ ਤੇ ਅੱਜ ਮੈਂ ਬਣਾ ਰਹੀਆਂ ਰੈਸਪੀ ਮਟਰ ਅੰਡੇ ਠੀਕ ਹੈ ਮਟਰ ਅੰਡੇ ਆਪਾਂ ਸੀ ਦੋ ਦਤ ਪਿਆਜ਼ ਲਿੱਤੇ ਨੇ ਇੱਕ ਟਮਾਟਰ ਦੋ ਅੰਡੇ ਠੀਕ ਹੈ ਤੇ ਪਿਆਜ਼ ਨੂੰ ਅਸੀਂ ਮੋਟਾ-ਮੋਟਾ ਕੱਟ ਕਰ ਲਿੱਤਾ ਠੀਕ ਹੈ ਜ਼ਿਆਦਾ ਬਰੀਕ ਕੱਟ ਨਹੀਂ ਕੀਤਾ ਤਾਂ ਇਥੇ ਸੀ ਲਈ ਲਤਾ ਜੇ ਪ੍ਰੈਸ਼ਰ ਪ੍ਰੈਸ਼ਰ ਦੇ ਵਿੱਚ ਅਸੀਂ ਪਿਆਜ਼ ਪਾ ਕੇ ਜਿੰਨੇ ਚ ਪਾਣੀ ਜਿੰਨੇ ਪਾਣੀ ਚ ਪਿਆਜ਼ ਪਿਆਜ਼ ਗਲ ਜੇ ਓਤਨਾ ਹੀ ਪਾਣੀ ਅਸੀਂ ਪਾਣਾ ਠੀਕ ਹੈ ਇੱਕ ਚਮਚ ਨਮਕ ਪਾਵਾਂਗੇ ਠੀਕੇ ਪਿਆਜ਼ ਨੂੰ ਅੱਛੀ ਤਰ੍ਹਾਂ ਗਲਾ ਲਵਾਂਗੇ ਇੱਥੇ ਸੀ ਨਾਲ ਲਸਣ ਅਦਰਕ ਦਾ ਪੇਸਟ ਵੀ ਪਾਵਾਂਗੇ ਤੇ ਇੱਕਦਾਂ ਟਮਾਟਰ ਵੀ ਠੀਕੇ ਟਮਾਟਰ ਮੈਂ ਐਸੇ ਤਰ੍ਹਾਂ ਵਿੱਚ ਰੱਖ ਦਿੱਤਾ ਸੀ ਜਿਸ ਤੋਂ ਤੁਹਾਨੂੰ ਪਤਾ ਹੈ ਪ੍ਰੈਸ਼ਰ ਲਗਾਉ ਤੇ ਹਰ ਚੀਜ਼ ਹੀ ਗਲ ਜਾਂਦੀ ਤੇ ਛਿਲਕਾ ਜਿਹੜਾ ਉਤਾਰ ਲੇਤਾ ਸੀ ਜਦੋਂ ਆ ਗਲ ਗਿਆ ਸੀ ਠੀਕੇ ਇਹਨੂੰ 5 ਤੋਂ 6 ਮਿੰਟ ਵਿਸਲ ਵਿਸਲ ਲੱਗੀ ਸੋਰੀ ਵਿਸਲ ਲੱਗੀ ਤੇ ਇਹ ਗਲ ਗਿਆ ਠੀਕੇ ਸਾਰੇ ਮਸਾਲਾ ਗਾਲ ਗਿਆ ਫਿਰ ਅਸੀਂ ਇੱਥੇ ਲਾ ਕੇ ਤੇ ਟਮਾਟਰ ਕੱਢ ਕੇ ਅਸੀਂ ਇਹਦਾ ਛਿਲਕਾ ਉਤਾਰ ਕੇ ਟਮਾਟਰ ਨੂੰ ਦੁਬਾਰਾ ਵਿੱਚ ਪਾ ਲੇਤਾ ਸੀ ਠੀਕ ਹੈ ਹਮੇਸ਼ਾ ਯਾਦ ਰੱਖੋ ਟਮਾਟਰ ਦਾ ਛਿਲਕਾ ਜ਼ਰੂਰ ਉਤਾਰੋ ਠੀਕ ਹੈ ਕਹਿੰਦੇ ਨੇ ਨਹੀਂ ਅੱਛਾ ਹੁੰਦਾ ਤੇ ਉਤਾਰਨਾ ਚਾਹੀਦਾ ਤੇ ਮੈਂ ਖੁਦ ਵੀ ਸ਼ੁਰੂ ਤੋਂ ਹੀ ਇਹ ਸਿਲਕਾ ਉਤਾਰ ਕੇ ਤੇ ਇਸਤੇਮਾਲ ਕਰਨੀ ਆ ਤੇ ਮੇਰੇ ਚੈਨਲ ਤੇ ਜਿੰਨੇ ਆਨੇ ਵਾਲੇ ਨਿਊਜ਼ ਵੀ ਨਿਊ ਵੀਵਰਸ ਨੇ ਸਭ ਦਾ ਮੋਸਟ ਵੈਲਕਮ ਔਰ ਜੀ ਦੂਸਰੇ ਨੰਬਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਇਹ ਤੇ ਤੁਸੀਂ ਦੇਖ ਸਕਦੇ ਹੋ ਜੀ ਦੋ ਚਮਚਾਂ ਐਸੀ ਪਾਈਆਂ ਜੇ ਲਾਲ ਪੀਸੀ ਮਿਸ ਦਾ ਪਾਊਡਰ ਇੱਕ ਚਮਚ ਥੋੜੀ ਸਾਰੀ ਹਲਦੀ ਇੱਕ ਚਮਚ ਕਹਿ ਗਿਆ ਜਿੰਨੇ ਆਇਲ ਦੀ ਸਾਨੂੰ ਹਾਂਡੀ 'ਚ ਜ਼ਰੂਰਤ ਹੈ ਓਤਨਾ ਤੁਸੀਂ ਆਇਲ ਪਾ ਲਵੋ ਠੀਕ ਹੈ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਕੁਝ ਲੋਕ ਜ਼ਿਆਦਾ ਖਾਂਦੇ ਨੇ ਤੇ ਕੁਝ ਲੋਕ ਘੱਟ ਠੀਕ ਹੈ ਇੱਥੇ ਅਸੀਂ ਥੋੜੀ ਦੇਰ ਮਸਾਲਾ ਪੋਂ ਕੇ ਤੇ ਅਸੀਂ ਨਾਲ ਪਾ ਦਿਤਸਨ ਟਮਾਟਰ ਟਮਾਟਰਾਂ ਨੂੰ ਅੱਛੇ ਅਸੀਂ ਅੱਛੀ ਤਰ੍ਹਾਂ ਇਹਨਾਂ ਦੀ ਪੁਨਾਈ ਕਰਾਂਗੇ ਕਮ ਸੇ ਕਮ ਵੀ 7 ਤੋਂ 8 ਮਿੰਟ ਠੀਕ ਹੈ 7 ਤੋਂ 8 ਮਿੰਟ ਅਸੀਂ ਇਹਨਾਂ ਦੀ ਪੁਨਾਈ ਕਰਕੇ ਤੇ ਜਿਹੜਾ ਇਹਨਾਂ 'ਚ ਪਾਵਾਂਗੇ ਪਾਣੀ ਇਥੇ ਜੀ ਵਿੱਚ ਮੱਧਾ ਜਾਂ ਗਲਾਸ ਪਾਣੀ ਪਾ ਕੇ ਇਹਨੂੰ 5 3 2 ਤੋਂ 3 ਤੋਂ 4 ਮਿੰਟ ਜਿਹੜੀ ਬਾਅਦ ਜਿਹੜੀ 4 ਮਿੰਟ ਵੀਸਰ ਲਗਾ ਕੇ ਤੁਸੀਂ ਦੇਖ ਸਕਦੇ ਹੋ ਮੈਨੂੰ ਖੋਲ ਲਿੱਤਾ ਸੀ ਪ੍ਰੈਸ਼ਰ ਨੂੰ ਤਾਂ ਮਾਸ਼ਾਅੱਲਾ ਮਟਰ ਸਾਡੇ ਬਹੁਤ ਅੱਛੇ ਗਾਲਗੇ ਸਨਫੇਸਿਸ ਵਿੱਚ ਪਾਣੀ ਸੁਕਾ ਕੇ ਅੰਡੇ ਅੱਛੀ ਤਰ੍ਹਾਂ ਭੈਂਟ ਕੇ ਤੇ ਇਸ ਵਿੱਚ ਅੰਡੇ ਪਾਏ ਠੀਕ ਹੈ ਦੋ ਅੰਡੇ ਜਿਹੜੇ ਇਹਨਾਂ ਨਾਲ ਲੈ ਕੇ ਅੱਛੀ ਤਰ੍ਹਾਂ ਭੈਂਟ ਲੈਣਾ ਹੈ ਫਿਰ ਇਹਨੂੰ ਜਿਹੜਾ ਨਾਲ ਵਿੱਚ ਜਿਹੜਾ ਸੀ ਪਾਣਾ ਦੇ ਚ ਮਟਰਾਂ ਚ ਠੀਕ ਹੈ ਮਟਰਾਂ ਪਹਿਲਾਂ ਗਲਾ ਲੈਣੇ ਨੇ ਪਾਣੀ ਪਾ ਕੇ ਜਿੰਨੇ ਪਾਣੀ ਚ ਮਟਰ ਗਲ ਜਾਣ ਓਤਨਾ ਪਾਣੀ ਪਾ ਲਓ ਠੀਕ ਹੈ ਇੱਥੇ ਮੇ ਕੋਲ ਥੋੜਾ ਸਾ ਵਲੋਗ ਮਿਸ ਹੋ ਗਿਆ ਮੈਂ ਪਾਣੀ ਜਿਹੜਾ ਨਾ ਪੁੱਲ ਗਈ ਸੀ ਉਥੇ ਫਿਰ ਲੋਗ ਔਨ ਕਰਨਾ ਠੀਕ ਹੈ ਤੇ ਦੂਸਰੇ ਨੰਬਰ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਅੰਡੇ ਪਾਣ ਤੋਂ ਬਾਅਦ ਇਹਦੀ ਅੱਛੀ ਤਰ੍ਹਾਂ ਪੁਨਾਈ ਕਰਨੀ ਹੈ ਕਿ ਅੰਡੇ ਦੀ ਸ ਕੱਚੇ ਪਾਣ ਦੀ ਸਮੈਲ ਨਾ ਆਏ ਠੀਕ ਹੈ ਅਸੀਂ ਕੰਮ ਸੇ ਕੰਮ ਵੀ ਅੰਡੇ ਪਾਨ ਤੋਂ ਬਾਅਦ ਐਦੀ ਪੁਨਾਈ ਜਿਹੜੀ ਹੈ 6 ਤੋਂ 7 ਮਿੰਟ ਕੀਤੀ ਸੀ ਠੀਕ ਹੈ ਕਰਕੇ ਔਰ ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ ਕਿ ਕਿਤਨਾ ਜ਼ਬਰਦਸਤ ਬਣਿਆ ਔਰ ਮਾਸ਼ਾਅੱਲਾ ਜ਼ਾਇਕੇਦਾਰ ਬਣਿਆ ਸੇ ਬਹੁਤ ਪਸੰਦ ਆਇਆ ਔਰ ਤੁਸੀਂ ਵੀ ਬਣਾ ਕੇ ਚੈੱਕ ਕਰੋ ਨਿਊ ਰੈਸਪੀ ਏ ਠੀਕ ਹੈ ਕੁਝ ਲੋਕਾਂ ਵਾਸਤੇ ਨਿਊ ਹੈ ਤੇ ਕੁਝ ਵਾਸਤੇ ਪੁਰਾਣੀ ਹੈ ਤੇ ਆਪਣੀ ਦੁਆਵਾਂ ਚ ਸਾਨੂੰ ਯਾਦ ਰੱਖਣਾ ਔਰ ਮੇਰੇ ਚੈਨਲ ਤੇ ਜਿਤਨੇ ਨਿਊ ਆਉਣੇ ਵਾਲੇ ਵੀਵਰਸ ਨੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਪਲੀਜ਼ ਪਲੀਜ਼ ਆਪਣੀ ਦੁਆਵਾਂ ਚ ਯਾਦ ਰੱਖਿਓ ਅੱਲਾ ਹਾਫਿਜ਼